ਉਹਨਾਂ ਦਾ ਪਹਿਲਾ ਜਿਹੜਾ ਉਹਨਾਂ ਨੇ ਏ ਪਲਾਨ ਸੀ ਉਹ ਵੀ ਵਰਤ ਲਿਆ 20 ਵੀ ਵਰਤ ਲਿਆ ਹੁਣ ਸੀ ਵਰਤ ਰਹੇ ਆ ਮੰਨ ਲਓ ਉਹਨਾਂ ਨੇ ਕਿੱਲ ਵੀ ਲਾਤੇ ਕੰਧਾਂ ਵੀ ਕੱਢਤੀਆਂ ਰੋੜਾਂ ਤੇ ਨੈਟ ਵੀ ਬੰਦ ਕਰਤਾ ਪਾਣੀ ਵੀ ਬੰਦ ਕਰਤਾ ਦੰਗੇ-ਦੰਗੇ ਵੀ ਉਹਨਾਂ ਨੇ ਜਿਹੜੇ ਕਰਾਉਣੇ ਸੀ ਉਹ ਵੀ ਕਰਾ ਕੇ ਦੇਖ ਲਿਆ ਉਹ ਵੀ ਸੈਟ ਨਹੀਂ ਆਇਆ ਕੰਮ ਠੀਕ ਆ 26 ਤੋਂ ਬਾਅਦ ਥੋੜਾ ਜਿਹਾ ਮਾਹੌਲ ਚੇਂਜ ਹੋਇਆ ਸੀ ਪਰ ਅੱਜ ਅੱਜ ਮੋਰਚਾ ਚੜ੍ਹਦੀ ਕਲਾ ਚ ਉਹ ਪਤਾ ਕਿਹੜੇ ਹਿਸਾਬ ਨਾਲ ਪਏ ਆ ਉਹ ਮਤੇ ਪਏ ਆ ਨਾਲੇ ਤਾਂ ਲਾਇਆ ਜੁਰਮਾਨਾ ਨਾਲੇ ਤਾਂ ਲੋਕਾਂ ਨੇ ਲਾਇਆ ਜੁਰਮਾਨਾ ਘਰਾਂ ਨੂੰ ਨਾਲੇ ਮਤੇ ਇਹੋ ਜਿਹੇ ਠੋਕ ਕੇ ਪਏ ਆ ਵੀ ਜਿਹੜਾ ਨਾ ਜਾਊਗਾ ਉਹਦੇ ਨਾਲ ਅਸੀਂ ਜੁਰਮਾਨਾ ਤਾਂ ਲਾਉਣਾ ਹੀ ਲਾਉਣਾ ਉਹਨੂੰ ਪਿੰਡ 'ਚ ਵੀ ਉਹਦਾ ਅਸੀਂ ਭਾਂਡਾ ਧੇਗਾਂਗੇ ਇੱਥੋਂ ਤੱਕ ਗੱਲਾਂ ਹੋ ਗਈਆਂ ਆਸਲ ਸੰਘਰਸ਼ ਤਾਂ ਸੁਰੂ ਹੀ ਹੁਣ ਹੋਇਆ ਗੱਲ ਹੀ ਹੁਣ ਬਣਦੀ ਆ ਹੁਣ ਤਾਂ ਯਾਰੇ ਅੱਖ ਦਾ ਸਵਾਲ ਲਾ ਲਓ ਨੇ ਮਰਜ਼ੀ ਲਾ ਲਓ ਹੁਣ ਤਾਂ ਬਾਹਲਾ ਵਧੀਆ ਪਿੰਡਾਂ 'ਚ ਫੈਸਲਾ ਹੋ ਗਿਆ ਉਹਨਾ ਅਨਖਰਾ ਸਵਾਲ ਬਣ ਗਿਆ ਮਤੇ ਪੈ ਗਏ ਪਿੱਛੇ ਆਪਾਂ ਹਟਣਾ ਨਹੀਂ ਖਿੱਚ ਕੇ ਰੱਖੋ ਭਰਾਵੋ ਕੰਮ ਜਿੱਤ ਕੇ ਨਿਕਲਾਂਗੇ ਬਾਕੀ ਕਿਸਾਨ ਯੂਨੀਅਨ ਨਾਲ ਆਪਾਂ ਖੜੋ ਉਹ ਨੌਜਵਾਨਾਂ ਦਾ ਖੰਡ ਨਹੀਂ ਨੌਜਵਾਨ ਕਿਸਾਨ ਯੂਨੀਅਨ ਨਾਲ ਖੜੋ ਤੇ ਕਿਸਾਨ ਯੂਨੀਅਨ ਨੇ ਹੁਣ ਇੱਕ ਫੈਸਲਾ ਕਰ ਲੈਣਾ ਜੇ ਅਸੀਂ ਸਰਕਾਰ ਨਾਲ ਉਹਨਾਂ ਚਰ ਮੀਟਿੰਗ ਨਹੀਂ ਕਰਦੇ ਜਿੰਨੇ ਸਾਡੇ ਮੁੰਡਿਆਂ ਦੇ ਕੇਸ ਨਹੀਂ ਰੱਦ ਕਰਦੇ ਜਿੰਨੇ ਪਰਚੇ ਪਏ ਆ ਤੇ ਜਿੰਨੇ ਸਾਡੇ ਮੁੰਡੇ ਤਹਾੜ ਜੇਲ੍ਹ ਚੋਂ ਨਹੀਂ ਛੱਡਦੇ ਹਾਂਜੀ ਬਾਈ ਜੀ ਕੀ ਹਾਲ ਹੈ ਸਾਰਿਆਂ ਦਾ ਆ ਫਤਈ ਜੀ ਸਾਰਿਆਂ ਨੂੰ ਹੱਥ ਜੋੜ ਕੇ ਤੇ ਜਸਕਰਨ ਸਿੰਘ ਕਹਿੰਦਾ ਕਿਦਾਂ ਮੇਰੇ ਠੀਕ ਹੈ ਠੀਕ ਹੈ ਵੀਰੇ ਅੰਦਰ ਬੈਸ ਠੀਕ ਹੈ ਠੀਕ ਹੈ ਵੀਰੇ ਆ ਗੱਲਾਂ ਬਾਤਾਂ ਉਹੀ ਬਸ ਆਪਣੇ ਮੋਰਚੇ ਦੀਆਂ ਵੀ ਮੋਰਚਾ ਆਪਣਾ ਚੜ੍ਹਦੀ ਕਲਾ ਚ ਠੀਕ ਹੈ ਨੈਟ ਬੰਦਾ ਪਾਣੀ ਬੰਦ ਕਰਤਾ ਚਲੋ ਠੀਕ ਹੈ ਸਰਕਾਰ ਬਹੁਤ ਆਪਦਾ ਯਾਰ ਉਹ ਤਾਂ ਕਰ ਰਹੇ ਆ ਜਿਹੜਾ ਕੁਸ ਉਹ ਤਾਂ ਲਾਸਟ ਹੱਦ ਤੇ ਕਵਾਗੇ ਉਹਨਾਂ ਦਾ ਪਹਿਲਾ ਜਿਹੜਾ ਉਹਨਾਂ ਨੇ ਇਹ ਪਲਾਨ ਸੀ ਉਹ ਵੀ ਵਰਤ ਲਿਆ 20 ਵੀ ਵਰਤ ਲਿਆ ਹੁਣ C ਵਰਤ ਰਹੇ ਆ ਮੰਨ ਲਓ ਉਹਨਾਂ ਨੇ ਕਿੱਲ ਵੀ ਲਾਤੇ ਆ ਕੰਧਾਂ ਵੀ ਕੱਟਦੇ ਆ ਰੋੜਾਂ ਤੇ ਨੈਟ ਵੀ ਬੰਦ ਕਰਤਾ ਪਾਣੀ ਵੀ ਬੰਦ ਕਰਤਾ ਪਹਿਲਾਂ ਉਹ ਸਟਾਰਟਿੰਗ 'ਚ মিডিਆ ਨਾਲ ਭੰਡਦੇ ਸੀ ਫਿਰ ਉਹ ਪੁਲਿਸ ਫੌਜ ਲਾਉਂਦੇ ਸੀ ਹੁਣ ਉਹਨਾਂ ਨੇ ਕੀ ਕੀਤਾ ਪਥਰਾ ਵੀ ਕਰਕੇ ਦੇਖ ਲਿਆ ਹੁਣ ਉਹਨਾਂ ਦਾ ਲਾਸਟ ਕੰਮ ਉਹਨਾਂ ਨੇ ਇਹ ਕਰਤਾ ਵੀ ਕੰਧਾਂ ਕੱਟਦੀਆਂ ਐਡੇ-ਐਡੇ ਕਿੱਲ ਕੱਟ ਤੇ ਨੈੱਟ ਬੰਦ ਕਰਤਾ ਪਾਣੀ ਬੰਦ ਕਰਤਾ ਮੰਨ ਲਓ ਵੀ ਉਹਨਾਂ ਨੇ ਸਾਰਾ ਲਾਸਟ ਹੈ ਰਸੀ ਵਰਤ ਰੇ ਆ ਗੰਗੇ ਦੋਂਗੇ ਵੀ ਉਹਨਾਂ ਨੇ ਜਿਹੜੇ ਕਰਾਉਣੇ ਸੀ ਉਹ ਵੀ ਕਰਾ ਕੇ ਦੇਖ ਲਿਆ ਉਹ ਵੀ ਸੈਟ ਨਹੀਂ ਆਇਆ ਕੰਮ ਠੀਕ ਹੈ 26 ਤੋਂ ਬਾਅਦ ਥੋੜਾ ਜਿਹਾ ਮਾਹੌਲ ਚੇਂਜ ਹੋਇਆ ਸੀ ਪਰ ਅੱਜ ਅੱਜ ਮੋਰਚਾ ਚੜ੍ਹਦੀ ਕਲਾ ਚ ਵੈਸ ਗੁਰੂ ਦੀ ਇੰਨੀ ਕਿਰਪਾ ਅੱਜ ਮੋਰਚਾ ਫੁੱਲ ਚੜ੍ਹਦੀ ਕਲਾ ਚ ਹੋ ਗਿਆ ਕਿਵੇਂ ਹੋ ਗਿਆ ਕਿਉਂਕਿ ਮੈਨੂੰ ਨਹੀਂ ਪਤਾ ਵੀ ਪਹਿਲਾਂ ਪਿੰਡਾਂ 'ਚ ਮਤੇ ਪਏ ਸੀ ਥੋੜੇ ਪਏ ਸੀ ਉਹ ਬਾਅਦ ਦੀਆਂ ਗੱਲਾਂ ਪਰ 26 ਤੋਂ ਬਾਅਦ ਜਿਹੜੇ ਮਤੇ ਪਏ ਆ ਉਹ ਪਤਾ ਕਿਹੜੇ ਹਸਾਬ ਨਾਲ ਪਏ ਆ ਉਹ ਮਤੇ ਪਏ ਆ ਨਾਲੇ ਤਾਂ ਲਾਇਆ ਜੁਰਮਾਨਾ ਨਾਲੇ ਤਾਂ ਲੋਕਾਂ ਨੇ ਲਾਇਆ ਜੁਰਮਾਨਾ ਘਰਾਂ ਨੂੰ ਨਾਲੇ ਮਤੇ ਇਹੋ ਜਿਹੇ ਠੋਕ ਕੇ ਪਏ ਆ ਵੀ ਜਿਹੜਾ ਨਾ ਜਾਊਗਾ ਉਹਦੇ ਨਾਲ ਅਸੀਂ ਜੁਰਮਾਨਾ ਤਾਂ ਲਾਉਣੀ ਲਾਉਣਾ ਉਹਨੂੰ ਪਿੰਡ 'ਚ ਵੀ ਉਹਦਾ ਅਸੀਂ ਭਾਂਡਾ ਧਿਆਗਾਂਗੇ ਇੱਥੋਂ ਤੱਕ ਗੱਲਾਂ ਹੋ ਗਈਆਂ ਆਸਲ ਸੰਘਰਸ਼ ਤਾਂ ਸੁਰੂ ਹੀ ਹੁਣ ਹੋਇਆ ਗੱਲ ਹੀ ਹੁਣ ਬਣਦੀ ਆ ਹੁਣ ਤਾਂ ਯਾਰੇ ਅਣਖ ਦਾ ਸਵਾਲ ਲਾ ਲਓ ਜਿਵੇਂ ਮਰਜ਼ੀ ਲਾ ਲਓ ਹੁਣ ਤਾਂ ਬਾਹਲਾ ਵਧੀਆ ਪਿੰਡਾਂ 'ਚ ਫੈਸਲਾ ਹੋ ਗਿਆ ਪੰਜਾਬ ਦੇ 12890 ਪਿੰਡਾਂ ਜਮਾ ਸਰੇ ਕਰਤਾ ਐਤ ਕੀ ਤਾਂ ਹੁਣ ਤਾਂ ਜਥੇ ਤੋਰਨ ਲੱਗੇ ਜਥੇ ਜਿਵੇਂ ਪੁਰਾਣੇ ਟਾਈਮ ਚ ਮੋਰਚੇ ਲੱਗਦੇ ਸੀਗੇ ਆਪਾਂ ਕਿਤਾਬਾਂ 'ਚ ਪੜ੍ਹਦੇ ਹੁੰਦੇ ਸੀ ਵੀ ਭਾਈ ਇੰਨੇ ਦਿਨਾਂ ਬਾਅਦ ਆ ਜਥਾ ਤੋਰਿਆ ਜਾਂਦਾ ਸੀ ਉੱਤੋਂ ਕੋਈ ਨੈੱਟ ਨੱਟ ਵੀ ਨਹੀਂ ਸੋਤਾ ਬਈਆਂ-ਬਈਆਂ ਤੇ ਲਿਖਦੇ ਸੀ ਵੀ ਇੰਨੇ ਜਥੇ ਤੋਰਤੇ ਆ ਪਿੰਡ 'ਚੋਂ ਇੰਨੇ ਗਏ ਹੁਣ ਤਾਂ ਜਥੇ ਜਾਣ ਲੱਗੇ ਜਥੇ ਵੀ ਐ ਪੱਤੀਆਂ ਦੇ ਹਿਸਾਬ ਨਾਲ ਵੀ ਜਿਹਦਾ ਪਿੰਡ ਵੱਡਾਗਾ ਪਰਲੀ ਪੱਤੀ 'ਚੋਂ 15 ਦਿਨਾਂ ਲਈ ਉਹ ਉੰਨੇ ਬੰਦੇ ਜਾਣਗੇ ਇਧਰਲੀ ਪੱਤੀ 'ਚੋਂ ਇੰਨੇ ਬੰਦੇ ਜਾਣਗੇ ਹੁਣ ਤਾਂ ਜਥੇ ਚੱਲ ਪਏ ਅਸਲ ਸੰਘਰਸ਼ ਤਾਂ ਹੁਣ ਸ਼ੁਰੂ ਹੋਇਆ ਪਹਿਲਾਂ ਤਾਂ ਕੁਝ ਗੱਲਾਂ ਮਤਾਂ ਹੋ ਰਹੀ ਸੀ ਅਸਲ ਸੰਘਰਸ਼ ਹੁਣ ਹੋਇਆ ਚੜ੍ਹਦੀ ਕਲਾ 'ਚ ਸੰਘਰਸ਼ਾ ਸਾਰਾ ਪੰਜਾਬ 'ਚ ਮਤੇ ਪੈ ਗਏ ਹੁਣ ਬੇਸ਼ੱਕ ਸਾਲ ਬਹਾਰਨ 2 ਸਾਲ ਬਾਅਦ ਨੇ 26 ਦੀ ਘਟਨਾ ਛੱਡੋ ਯਾਰ ਜਿਹੜੀ ਗੱਲ ਹੋ ਗਈ ਉਹਦਾ ਵਾਪਸ ਨਹੀਂ ਆਉਂਦੇ ਉਹ ਬਾਅਦ 'ਚ ਗੱਲਾਂ ਨਾ ਕਰਿਆ ਕਰੋ ਸਾਰਾ ਕੰਮ ਸੈਟ ਆ ਇਸ ਟਾਈਮ ਠੀਕ ਆ ਤੇ ਜਮਾ ਸਿਰਾ ਹੋ ਗਿਆ ਉਹ ਗੱਲਾਂ ਛੱਡੋ ਹੁਣ ਹੋਣ ਦੀ ਗੱਲ ਆ ਵੀ ਇਕੱਠੇ ਹੋ ਜੋ ਕਿਸਾਨ ਜਥੇਬੰਦੀਆਂ ਨੂੰ ਵੀ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਨੌਜਵਾਨ ਫੇਰ ਹੀ ਆਉਣਗੇ ਧਰਨੇ ਤੇ ਨੌ ਜਵਾਨਾਂ ਦੇ ਨਾਲ ਖੜਜੋ ਬਸ ਜਿੰਨੇ ਵੀ ਆਪਣੇ ਸੱਭੀ ਨੂੰ ਪਰਚੇ ਹੋਏ ਆ ਜਿੰਨੇ ਵੀ ਆਪਣੇ ਮੁੰਡੇ ਜੇਲ੍ਹਾਂ 'ਚ ਉਹਨਾਂ ਨੂੰ ਰਹਾਆ ਕਰਾਓ ਸਰਨੋਂ ਪਹਿਲਾਂ ਸਰਕਾਰ ਮੂਰੇ ਗੱਲ ਹੀ ਕਿਸਾਨ ਜਿਹਾ ਬੰਦਿਆ ਇਹ ਰੱਖਣ ਵੀ ਭਾਈ ਜਿੰਨਾ ਚਿਰ ਸਾਡੇ ਮੁੰਡੇ ਨਹੀਂ ਨਾ ਛੱਡਦੇ ਅਸੀਂ ਉਹਨਾਂ ਚਿਰ ਗੱਲਬਾਤ ਨਹੀਂ ਕਰਨੀ ਸਰਕਾਰ ਨਾਲ ਹੁਣ ਪੂਰਾ ਵਧੀਆ ਆਪਣਾ ਸਿਸਟਮ ਚੱਲ ਪਿਆ ਇੱਕਾ ਕਰ ਲੋ ਨੌਜਵਾਨੋ ਜਥੇਬੰਦੀਆਂ ਦਾ ਸਾਥ ਦਿਓ ਜਥੇਬੰਦੀਆਂ ਨੌਜਵਾਨਾਂ ਦਾ ਸਾਥ ਦਿਓ ਨੌਜਵਾਨ ਜਥੇਬੰਦੀਆਂ ਦਾ ਦੇਣ ਪੂਰਾ ਵਧੀਆ ਮੋਰਚਾ ਚੱਲ ਪਿਆ ਸ਼ਾਂਤਮਈ ਮੋਰਚਾ ਰੱਖਣਾ ਤੇ ਸਰਾ ਹੋ ਗਿਆ ਅਸਲ ਕੰਮ ਤਾਂ ਹੁਣੀ ਵਧਿਆ ਭਰਾਵੋ ਹੁਣੀ ਪਹਿਲਾਂ ਜਿਵੇਂ ਮਰਜ਼ੀ ਸੀ ਕੰਮ ਅਸਲ ਹੁਣੀ ਵਧਿਆ ਬਾਕੀ ਭਰਾਵੋ ਬਾਈ ਲੱਖੇ ਸੁਧਾਣੇ ਨਾਲ ਖੜੋ ਹਨ ਪਰਚਾ ਪਿਆਗਾ ਤੇ ਖੜਨਾ ਜ਼ਰੂਰੀ ਆ ਹਨ हां भाई जित भी पर्चा पया यार जेड़ा मर्ज़ी आ हां लखे ਦੇ ਨਾਲ ਨਾਲ ਜਿੰਨੇ ਵੀ ਬੰਦਿਆਂ ਦੇ ਜਿੰਨੇ ਹੀ ਮੁੰਡੇ ਦੇ ਪਰਚਾ ਪਿਆਗਾ ਉਹਦੇ ਨਾਲ ਖਾਣ ਨ ਕਿਸਾਨ ਯੂਨੀਅਨ ਨਾ ਕਿਸਾਨ ਯੂਨੀਅਨ ਪਰਚਾ ਵਾਲਿਆਂ ਨਾਲ ਖਾਣ ਪਰਚਾ ਵਾਲੇ ਦਾ ਕਿਸਾਨ ਯੂਨੀਅਨ ਨਾਲ ਖੜੀ ਖੜੇ ਆ ਨਵੇਂ ਮੁੰਡੇ ਉਹਨਾਂ ਨਾਲ ਖਾਣ ਨੂੰ ਆਪਣੇ ਨਾਲ ਖਾਣਗੇ ਫੇਰ ਹੀ ਕੰਮ ਚੱਲੂਗਾ ਏਕਾ ਰੱਖੋ ਕੋਈ ਵੀ ਨੈਗੇਟਿਵ ਪੋਸਟ ਨਹੀਂ ਪਾਉਣੀ ਕੋਈ ਵੀ ਕੋਈ ਵੀ ਨੈਗੇਟਿਵ ਪੋਸਟ ਨਹੀਂ ਪਾਉਣੀ ਜਿ세 ਬੰਦਿਆਂ ਨਾਲ ਆਪਾਂ ਖੜੀਏ ਜਿ세 ਬੰਦਿਆਂ ਆਪਣੇ ਨਾਲ ਖਾਣ ਠੀਕ ਆ ਤੇ ਕਿਉਂਕਿ ਪਿੰਡਾਂ 'ਚ ਜਿਹੜੇ ਮੁੰਡੇ ਨਹੀਂ ਘਰਾਂ ਚਾਹੇ ਪਿੰਡਾਂ 'ਚ ਮਾਵਾਂ ਦਾ ਬੁਰੀ ਹਾਲ ਤਾਂ ਵੀ ਕਿੱਧਰ ਗਏ ਉਹ ਇਹ ਕਿਸਾਨ ਜਥੇਬੰਦੀਆਂ ਇਹ ਪਹਿਲਾ ਫੈਸਲਾ ਲੈਣ ਵੀ ਛੋਡੇ ਨਾਲ ਮੀਟਿੰਗ ਫੇਰ ਕਰਾਂਗੇ ਸਰਕਾਰ ਨਾਲ ਪਹਿਲਾ ਸਾਡਾ ਹੱਲ ਕੱਢੋ ਬਹੁਤ ਵਧੀਆ ਮੋਰਚਾ ਚੜ੍ਹਦੀ ਕਲਾ ਚ ਮੋਰਚਾ ਦਾ ਬਾੜਾ ਹੁਣ ਮਜ਼ਬੂਤ ਹੋ ਕੇ ਨਿਕਲੇ ਮੋਰਚੇ ਤੋਂ ਅਸਲ ਲੜਨ ਦਾ ਸਵਾਦ ਹੁਣੀ ਆਉ ਹੁਣ ਆਪਾਂ ਨੂੰ ਕੱਲੀ-ਕੱਲੀ ਗੱਲ ਦਾ ਪਤਾ ਲੱਗ ਗਿਆ ਵੀ ਕਿਹੜੇ ਲੀਡਰ ਦੇ ਕੀ ਬਿਆਨ ਸਾਰਾ ਕੋਈ ਪਤਾ ਲੱਗ ਗਿਆ ਅਸਲ ਮੋਰਚਾ ਲੜਨ ਦਾ ਹੁਣੀ ਸੁਵਾ ਸੁਵਾਦ ਆਊਗਾ ਕੱਲਾ ਕੱਲਾ ਬੰਦਾ ਜਾਗਰਕ ਹੋ ਗਿਆ ਲੋਕ ਇੰਨੇ ਜਾਗਰਕ ਹੋ ਗਏ ਲੋਕਾਂ ਨੂੰ ਪਹਿਲਾਂ ਹੀ ਪਤਾ ਲੱਗ ਜਾਂਦਾ ਵੀ ਕੀ ਹੋਊਗਾ ਆਹ ਮੀਟਿੰਗ ਚ ਕੀ ਹੋਊਗਾ ਕੀ ਜੁਨੀਅਨ ਫੈਸਲਾ ਲਾਊਗੀ ਕਿੱਥੋਂ ਕੀ ਕਰਨਾ ਚਾਹੀਦਾ ਕਿਵੇਂ ਏਕਾ ਕਹਿੰਦਾ ਕੱਲੇ ਕੱਲੇ ਬੱਚੇ ਬੱਚੇ ਨੂੰ ਪਤਾ ਲੱਗ ਗਿਆ ਇੰਨੇ ਜਾਗਰਕਾਂ ਮੋਰਚਾ ਲੜਨ ਦਾ ਸੁਵਾਦ ਤਾਂ ਹੁਣੀ ਆਊ ਮੋਰਚਾ ਚੜ੍ਹਦੀ ਕਲਾ ਚ ਸਾਰਾ ਕੰਮ ਸੈਟ ਆ ਸਾਰੇ ਪੰਜਾਬ ਚ ਮਤੇ ਪੈ ਗਏ ਹੁਣ ਤਾਂ ਪੁਰਾਣੇ ਮੋਰਚੇ ਵਾਂਗੂ ਜਥੇ ਭੇਜਣ ਲੱਗ ਗਏ ਵੀ ਆਹ ਪੱਤੀ ਜੋ 7 ਦਿਨਾਂ ਨੂੰ 7 ਜਾਣੇ ਜਾਣਗੇ 15 ਦਿਨਾਂ ਲਈ ਆ ਦੂਜੀ ਪੱਤੀ ਤੋਂ 7 ਜਾਣੇ ਜਾਣਗੇ 15 ਦਿਨਾਂ ਲਈ ਹੁਣ ਤਾਂ ਸਿਰਾ ਹੋ ਗਿਆ ਹੁਣ ਤਾਂ ਬਾਬੇ ਨਾਨਕ ਦੀ ਹੋ ਗਈ ਮੇਰ ਜਿੱਤ ਕੇ ਨਿਕਲਾਂਗੇ ਬੇਸ਼ੱਕ 6 ਮਹੀਨੇ ਚੱਲ ਜੇ ਮੋਰਚਾ ਸਾਲ ਚੱਲ ਜੇ ਠੀਕ ਆ ਤਿੰਨਾ ਚਿਰ ਮਰਜੀ ਮੋਰਚਾ ਚੱਲ ਜੇ 6 ਮਹੀਨੇ ਚੱਲੇ ਸਾਲ ਹੋ ਜੇ ਚੱਲ ਜੇ ਹੁਣ ਜਿੱਤ ਕੇ ਨਿਕਲਾਂਗੇ ਹੁਣ ਅਨਖ ਦਾ ਸਵਾਲ ਬਣ ਗਿਆ ਮਤੇ ਪੈ ਗੇ ਪਿਛੇ ਆਪਾ ਹਟਣਾ ਨਹੀਂ ਖਿੱਚ ਕੇ ਰੱਖੋ ਭਰਾਵੋ ਕੰਮ ਜਿੱਤ ਕੇ ਨਿਕਲਾਂਗੇ ਬਾਕੀ ਕਿਸਾਨ ਯੂਨੀਅਨ ਨਾਲ ਆਪਾ ਖੜੋ ਉਹ ਨੌਜਵਾਨਾਂ ਦਾ ਖੰਡ ਨਹੀਂ ਨੌਜਵਾਨ ਕਿਸਾਨ ਯੂਨੀਅਨ ਨਾਲ ਖੜੋ ਤੇ ਕਿਸਾਨ ਯੂਨੀਅਨ ਨੇ ਹੁਣ ਇੱਕ ਫੈਸਲਾ ਕਰ ਲੈਣਾ ਵੀ ਅਸੀਂ ਸਰਕਾਰ ਨਾਲ ਉਹਨਾਂ ਚਿਰ ਮੀਟਿੰਗ ਨਹੀਂ ਕਰਦੇ ਜਿੰਨੇ ਸਾਡੇ ਮੁੰਡਿਆਂ ਦੇ ਕੇਸ ਨਹੀਂ ਰੱਦ ਕਰਦੇ ਜਿੰਨੇ ਪਰਚੇ ਪਏ ਆ ਤੇ ਜਿੰਨੇ ਸਾਡੇ ਮੁੰਡੇ ਤਹਾੜ ਜੇਲ੍ਹ ਚੋਂ ਨਹੀਂ ਛੱਡਦੇ ਕਿਉਂਕਿ ਮਾਂਵਾਂ ਦੀ ਬੁਰੀ ਹਾਲਤਾਂ ਰੋ ਰੋ ਕੇ ਵੀ 26 ਜਨ 26 ਜਨ ਮਿਹਰਦਾਨ ਕਿੱਧਰ ਗਏ ਸਾਡੇ ਮੁੰਡੇ ਬਾਕੀ ਕਿਸਾਨ ਯੂਨੀਅਨ ਨੇ ਹੁਣ ਤਾਂ ਕੱਢਤੀ ਲਿਸਟ ਵੀ ਆ ਜੇਲ੍ਹ ਚ ਸੋਡਾ ਮੁੰਡਾ ਥਾਣੇ ਚ ਐਫ ਆਰ ਆਈ ਹੋਈ ਆ ਆ ਨੌ ਦਾ ਮੁੰਡਾ ਗਾ ਬਾਕੀ ਨੈਟ ਤੇ ਪਾ ਦਿਓ ਫੋਟੋ ਮਾ ਸਾਰਾ ਕੋ ਜਿੱਥੋਂ ਜਿਹੜਾ ਮੁੰਡਾ ਨਹੀਂ ਲੱਭ ਰਿਆ ਕਿਉਂਕਿ ਜ਼ਰੂਰੀ ਆ ਜੇ ਆਪਾਂ ਅੱਜ ਨੌਜਵਾਨਾਂ ਦਾ ਸਾਥ ਦੇਵਾਂਗੇ ਪਰਚੇ ਰੱਦ ਕਰਾਵਾਂਗੇ ਫੇਰ ਹੀ ਨਵੇਂ ਨੌਜਵਾਨ ਆਉਣਗੇ ਨਹੀਂ ਪੰਜਾਬ ਦੇ ਨੌਜਵਾਨ ਡਰ ਜਾਣਗੇ ਹਾਂ ਪੰਜਾਬ ਦੇ ਨੌਜਵਾਨ ਡਰ ਕੇ ਕਿਸੇ ਨੇ ਜਾਣਾ ਨਹੀਂ ਉੱਥੇ ਜੇ ਤਾਂ ਆਪਾਂ ਉਹਨਾਂ ਦੇ ਕੇਸ ਰੱਦ ਕਰਾਤੇ ਪਰਚੇ ਰੱਦ ਕਰਾਤੇ ਜੇਲ੍ਹਾਂ ਚੋਂ ਕਢਾਤੇ ਆ ਤੇ ਲੋਕ ਆਪਦੇ ਜਵਾਕਾਂ ਨੂੰ ਆਪ ਕਹਿਣਗੇ ਮੁੰਡਿਆਂ ਨੂੰ ਆਪ ਕਹਿਣਗੇ ਵੀ ਭਾਈ ਜਾਓ ਧਰਨੇ ਤੇ ਆਪਾਂ ਮਾਹੌਲ ਸ਼ਾਂਤਮਈ ਰੱਖਣਾ ਤੇ ਕਾਇਮ ਹੋ ਜਾਓ ਹੁਣ ਜਿੱਤ ਕੇ ਨਿਕਲਾਂਗੇ ਮਤੇ ਪੈ ਗਏ ਹੁਣ ਅਸਲ ਤਾਂ ਯਾਰ ਮੋਰਚਾ ਲਾਣਾ ਤਾਂ ਹੁਣ ਸੁਭਾਅ ਦਾ ਹੋਊਗਾ ਪਹਿਲਾਂ ਤਾਂ ਉਹੀ ਗੱਲਾਂ ਬਾਤਾਂ ਸੀ ਹੁਣ ਅਸਲ ਜਿਹੜੀ ਚੀਜ਼ ਦੇਖੋ ਸਪ੍ਰਿੰਗਾਂ ਨੂੰ ਜੇ ਤਾਂ ਆਪਾਂ ਦਬਦਿਆਂ ਫੇਰ ਇੱਕ ਇੱਕ ਆਠੀ ਦਾ ਸਪ੍ਰਿੰਗਾਂ ਨੂੰ ਦਬਦਿਆਂ ਫੇਰ ਆਏ ਉੱਠਦਾ ਇਹਨਾਂ ਨੇ ਆਪਾਂ ਨੂੰ ਬਹੁਤ ਦਿਵਾ ਲਿਆ ਤੇ ਇਹਨਾਂ ਨੇ ਹੁਣ ਹੁਣ ਵੀ ਬਹੁਤ ਕੁਸ ਕਰਿਆ ਨੈਟ ਬੰਦ ਕਰਤਾ ਪਾਣੀ ਬੰਦ ਕਰਤਾ ਕਿ ਲਲਾ ਤੇ ਉਥੇ ਕੰਧਾਂ ਪੱਕੀਆਂ ਕਾੜਦੇ ਵੀ ਦਿੱਲੀ ਚ ਨਾ ਬਣ ਸਕਣਾ ਅਸਲ ਮੋਰਚਾ ਹੁਣੀ ਸੁਆਦ ਆਊਗਾ ਠੀਕ ਆ ਬਸ ਖਿੱਚ ਕੇ ਰੱਖੋ ਆ ਆਹਾਂ ਠੀਕ ਆ ਸਾਰੇ ਵਧੀਆ ਕਿਸਾਨ ਜਿਥੇ ਬੰਦਿਆਂ ਵੀ ਵਧੀਆ ਸਾਰੇ ਮੁੰਡੇ ਵਧੀਆ ਨੌਜਵਾਨ ਵਧੀਆ ਕਿਸੇ ਨੂੰ ਮਾੜਾ ਬੋਲਣ ਦੀ ਲੋੜ ਨਹੀਂ ਜਿਤਨਾ ਏਕਾ ਬਣਾਈ ਰੱਖੋ ਪੰਗਾ ਸੈਂਟਰ ਸਰਕਾਰ ਨਾਲ ਆ ਜੇ ਆਪਾਂ ਪੰਜਾਬ ਵਿੱਚ ਇੱਕ ਦੂਜੇ ਨੂੰ ਗਲਤ ਬੋਲਣ ਲੱਗੇ ਬਸ ਹੋ ਗਏ ਕਾਮਜਾਬ ਇਕੱਠੇ ਰਹੋ ਇੱਕ ਦੂਜੇ ਨੂੰ ਕੋਈ ਗਲਤ ਨਾ ਬੋਲੋ ਏਕਤਾ ਬਣਾਈ ਰੱਖੋ ਜਿੱਤ ਕੇ ਨਿਕਲਾਂਗੇ ਠੀਕ ਆ ਜਿਹੜੇ ਵੀ ਮਰਜੀ ਨੌਜਵਾਨ ਤੇ ਪਰਚਾ ਪਿਆ 26 ਤਰੀਕ ਨੂੰ ਕਿਸਾਨ ਜਥੇਬੰਦੀ ਉਹਨਾਂ ਦੇ ਨਾਲ ਖੜੇ ਨੌਜਵਾਨ ਜਥੇਬੰਦੀਆਂ ਨਾਲ ਖੜਨ ਆਹੀ ਗੱਲਾਂ ਬਾਤਾਂ ਵੀ ਭਰਾਵੋ ਏਕਾ ਰੱਖੋ ਇੱਕ ਦੂਜੇ ਦੇ ਵਿਰੁੱਧ ਬਿਆਨਵਾਜੀ ਨਾ ਕਰੋ ਸੈਂਟਰ ਨਾਲ ਪੰਗਾਗਾ ਵਧੀਆ ਹੁਣ ਪਿੰਡਾਂ 'ਚ ਮਾਹੌਲ ਬਣ ਗਿਆ ਹੁਣ ਤਾਂ ਬਹੁਤ ਵਧੀਆ ਅਸਲ ਹੁਣ ਮਾਹੌਲ ਬਣਿਆਗਾ ਹਰੇਕ ਪਿੰਡ ਚ ਉਹ ਪਿੰਡਾਂ ਚ ਵੀ ਮਤਾ ਪੈ ਗਿਆ ਜਿਹੜੇ ਜ਼ਿੰਦਗੀ ਚ ਇਕੱਠੇ ਨਹੀਂ ਹੋਏ ਉਹ ਮਤੇ ਪੈਣ ਨਾਲ ਸੱਤ ਜਾਣੇ ਜਾਇ ਕਰਨਗੇ 15 ਦਿਨਾਂ ਲਈ ਠੀਕ ਆ ਹੁਣ ਤਾਂ ਨਜ਼ਾਰਾ ਅਗੋਂ ਤਾਂ 100 ਸਾਲ ਘੋਲ ਚੱਲੇ ਜਿੱਤ ਕੇ ਨਿਕਲਾਂਗੇ ਹੁਣ ਕੋਲ ਲੜਨ ਦਾ ਐ ਵੀ ਬੜਾ ਨਜ਼ਾਰਾ ਹੈ ਕਿਉਂਕਿ ਕੱਲਾ ਕੱਲਾ ਮੁੰਡਾ ਜਾਗਰ ਕਾ ਕੱਲਾ ਕੱਲਾ ਬੰਦਾ ਜਾਗਰ ਕਾ ਉਹਨਾਂ ਨੂੰ ਪਹਿਲੇ ਹੀ ਪਤਾ ਲੱਗਦਾ ਕੀ ਲੀਡਰ ਬਿਆਨ ਦੇਊਗਾ ਕੀ ਸਮਝੌਤਾ ਹੋਊ ਕੀ ਮੀਟਿੰਗ ਚ ਹੋਊਗਾ ਸਾਰਾ ਕੁਝ ਪਹਿਲੇ ਹੀ ਪਤਾ ਲੱਗ ਜਾਂਦਾ ਅੱਗੇ ਤਾਂ ਆਪਾਂ ਡਰ ਰਹੇ ਤਾਂ ਸੀ ਵੀ ਲੀਡਰ ਯਾਰ ਮੋਰਚਾ ਵੇਚ ਕੇ ਉਹ ਹੋ ਗਿਆ ਜਾ ਹੋ ਗਿਆ ਹੁਣ ਤਾਂ ਇਕੱਲੇ ਇਕੱਲੇ ਨੂੰ ਬੰਦਾ ਬੰਦੇ ਨੂੰ ਪਤਾਗਾ ਇਹ ਲਹਿਰੀ ਐ ਡੀਆਂ ਨਾਲੇ ਚ ਕੋਈ ਮੋਰਚਾ ਵੇਚ ਸਕੇ ਤੇ ਲੋਕ ਲੀਡਰਾਂ ਦੇ ਘਰ ਘੇਰ ਲੈਣਗੇ ਹੁਣ ਨਹੀਂ ਗੱਲ ਹੈਗੇ ਮੋਰਚੇ ਮਾਤੇ ਵਿੱਚ ਨਹੀਂ ਹੋਇਆ ਇਕੱਠੇ ਰੋ ਹੁਣ ਤਾਂ ਸਿੱਧਾ ਜਿੰਮੇ ਅਰਜਨ ਨੂੰ ਮੱਸੀ ਦੀ ਅੱਖ ਦੀ ਨਹੀਂ ਸੀ ਉਹ ਉਹ ਸਿਸਟਮ ਰੱਖਣਾ ਹੁਣ ਹੁਣ ਤਾਂ ਸਿਸਟਮ ਇਹ ਰੱਖਣਾਗਾ ਵੀ ਆਪਾਂ ਨੂੰ ਮੋਦੀ ਦਿਸੇ ਆਸ ਵਿੱਚ ਲੜਨਾ ਦਾ ਬੰਦ ਹੀ ਕਰ ਦੋ ਕੋਈ ਵੀ ਯਾਰ ਇੱਕ ਦੂਜੇ ਦੇ ਵਿਰੁੱਧ ਦਾ ਪੋਸਟ ਪਾਉਣੀ ਨਹੀਂ ਨਾ ਜਥੇਬੰਦੀ ਵਿਰੋਧ ਦੇ ਨਾ ਕਿਸੇ ਹੋਰ ਵਿਰੋਧ ਸਭ ਕੁਝ ਇਕੱਠੇ ਰੋ ਕਿਉਂਕਿ ਕੰਮ ਵੱਡਾ ਆ ਗਿਆ ਇਹ ਅਸਲ ਤਾਂ ਹੁਣੇ ਹਮ ਧਿਆਨ ਆ ਪਹਿਲਾਂ ਤਾਂ ਟੰਡ ਜਦਾ ਚਲੋ ਖਾ ਖੋ ਕੇ ਪਿੰਨੀਆਂ ਬਾਦਾਮ ਤੁਰੇ ਫਿਰੇ ਕੋਈ ਐਡੀ ਹੈ ਨਹੀਂ ਸੀ ਗੱਲਬਾਤ ਅਸਲ ਹੁਣ ਹੀ ਪੰਗਾ ਹੈਗਾ ਹੁਣ ਹੀ ਪਰਚਿਆਂ ਚੋਂ ਨਿਕਲਣਾ ਹੁਣ ਹੀ ਪਤਾ ਲੱਗੂ ਵੀ ਕਿਹੜਾ ਡਰ ਗਿਆ ਕੀ ਹੋ ਗਿਆ ਹੁਣ ਦੇਖਦੇ ਆਂ ਦਿੱਲੀ ਜਾਂਦਾ ਕਿਹੜਾ ਨਹੀਂ ਜਾਂਦਾ ਸਾਰਾ ਕੁਝ ਹੁਣ ਹੁਣ ਸਿਸਟਮ ਦਾ ਪਤਾ ਲੱਗੂਗਾ ਹਨਾ ਗੱਲ ਇਹ ਆ ਬਾਈ ਕਹਿੰਦਾ ਚਿੰਤਾ ਨਾ ਕਰ ਹਾਂ ਬਾਈ ਸਾਰੇ ਇਕੱਠੇ ਆਪਾਂ ਸਾਰੇ ਭਰਾ ਹੀ ਆ ਯਾਰ ਹਰ ਇਕੱਠੇ ਆ ਠੀਕ ਆ ਬਾਈ ਇਹੀ ਗੱਲਾਂ ਬਾਤਾਂ ਸੀ ਜਿਹੜੇ ਵੀ ਨੌਜਵਾਨ ਤੇ ਪਰਚਾ ਹੋਇਆਗਾ ਉਹ ਪਰਚਾ ਬਸ ਜੁਨੀਆਣਾ ਰੱਦ ਕਰਾਉਣ ਤੇ ਲੱਖੇਬਾਈ ਦੀ ਸਪੋਰਟ ਚ ਹਾਂ ਹਾਂ ਬਾਈ ਕਹਿੰਦਾ ਲੱਖਾ ਸਲਾਣਾ ਦੀ ਮੰਗ ਹਾਂ ਬਾਈ ਜਿੰਦਾਬਾਦ ਸਤਿ ਸ੍ਰੀਕਾਲ ਸਭ ਵੀਰਾਂ ਨੂੰ ਹਾਂ ਵੀ ਸਤਿ ਸ੍ਰੀਕਾਲ ਬਸ ਇਹੀ ਗੱਲਾਂ ਬਾਤਾਂ ਜੀ ਵੀ ਖਿੱਚ ਕੇ ਰੱਖੋ ਕੰਮ ਬਾਬਾ ਨਾਨਕ ਮੇਰ ਕਰੂ ਜਿੱਤ ਕੇ ਨੰਗਾਗੇ ਹਾਂ ਬਸ ਜਰ ਲੱਗਿਆ ਹੁਣ 6 ਮਹੀਨੇ ਲੱਗਿਆ ਸਾਲ ਲੰਘ ਲੱਗ ਜੇ ਹੁਣ ਬੈਕ ਨਹੀਂ ਹੜਦਾ ਇਹ ਕਹਿੰਦੇ ਵੀ ਬੱਟ ਚ ਕਹਿੰਦੇ ਆਪਣੇ ਬਿਜਲੀ ਦੇ ਪਰਾਲੀ ਵਾਲਾ ਬਿੱਲ ਦੁਆਰੇ ਲੈ ਲੈ ਜਾਣਦੇ ਯਾਰ ਜਿਹੜਾ ਹੁਣ ਇਹਨੂੰ ਬਿੱਲ ਹੁਣ ਲਿਆਈ ਜਾਣਦੇ ਤਾਂ ਅਪ੍ਰੈਲ ਚ ਦੂਜਾ ਬਿੱਲ ਵੀ ਲਿਆ ਰਿਹਾ ਵੀ ਪਹਿਲਾਂ 8 ਘੰਟੇ ਡਿਊਟੀ ਲੈਂਦੇ ਫੈਕਟਰੀ ਹੁਣ 12 ਘੰਟੇ ਡਿਊਟੀ ਲਿਆ ਕਰਾਂਗੇ ਇਹ ਉਹ ਵੀ ਬਿੱਲ ਰਿਹਾ ਲਿਆ ਵੀ 7500 ਸੰਖਿਆ 12 ਘੰਟੇ ਡਿਊਟੀ ਇਹਨੂੰ ਹੁਣ ਆਵਾਜ਼ੀ ਲਾ ਲੈਣ ਦੇ ਮੋਦੀ ਨੂੰ ਜਿਹੜੇ ਬੈਲ ਉਹ ਲੈ ਆਈ ਜਾਣ ਦੇ ਜਿਹੜਾ ਕੁਸ ਕਰਨਾ ਕਰ ਹੀ ਜਾਣ ਦੇ ਵੇਚ ਦੇਣ ਦੇ ਨੂੰ ਦੇਸ਼ ਸਾਰਾ ਸਰਕਾਰੀ ਸਮਾਨ ਇਹਨੂੰ ਵੇਚ ਹੀ ਦੇਣ ਦੇ ਬਸ ਅੜੇ ਰਹੋ ਯਾਰ ਬੈਠੇ ਰਹੋ ਬਾੜਾਂ ਦੇ ਘਰ ਲੈਣ ਦੇ ਨੂੰ ਕੀ ਕੁਸ ਕਰਦਾ ਆਪਦੇ ਮਾਣ ਆਈਆਂ ਕਰ ਹੀ ਲੈਣ ਦੇ ਜਾਂ ਫਿਰ ਇਹ ਜੱਤ ਜੂ ਜਾਂ ਫਿਰ ਜੱਟਾਂ ਲਈ ਹੰਡਾਪਾ ਜਿੱਤ ਜਾਣਗੇ ਠੀਕ ਆ ਸ਼ੁਰੂ ਦੀ ਬਤਾ ਵੀ ਜੱਟਾਂ ਦੀ ਹੰਡ ਹੁੰਦੀ ਆ ਵੀ ਉਹ ਹੜਦੇ ਤਾਂ ਹੈ ਨਹੀਂ ਫਿਰ ਪੈ ਲੈਣ ਦੇ ਸੀਦਿਆਂ ਜਿਹੜਾ ਕੁਸ ਹੁੰਦਾ ਹੋਣ ਦੇ ਫਿਰ ਜੇ ਇੱਕ ਗੱਲ ਹੋਰ ਹੈ ਜੇ ਕਾਨੂੰਨ ਆ ਕੇ ਤਾਂ ਫਿਰ ਨਾ ਤਾਂ ਬਿਜਲੀ ਦਾ ਬਿੱਲ ਪਰ ਆ ਜਾਵੇ ਕੋਠੀਆਂ ਤੋਂ ਰੰਗ ਲੈ ਜੂ ਨਾ ਗੱਡੀ ਚੱਲੇ ਕੋਈ ਬੁਰੀ ਹਾਲਤ ਹੋ ਜੂ ਇੱਕ ਸੁਣ ਮੈਂ ਹੋਰ ਗੱਲ ਦੱਸਦਾ ਜਿਹੜੇ ਹਜੇ ਵੀ ਕਹਿੰਦੇ ਆ ਨਾ ਇਹ ਬੈਲ 100-100 ਕਿੱਲੇ ਵਾਲੇ ਦੇ ਵੀ ਵਿਰੋਧਾ ਜੇ 100 ਕਿੱਲੇ ਦੀ 100 ਕਿੱਲੇ ਵਾਲੀ ਦੀ ਕਣਕ ਹੀ ਨਾ ਚੱਕੀ ਮੰਨ ਲਾ 100 ਕਿੱਲੇ ਵਾਲੀ ਦੀ ਕਣਕ ਆ ਗਈ ਉਹ ਚੱਕੀ ਨਾ ਲਿਮਟਾ ਕਿੱਥੋਂ ਭਰੂ ਇਹ ਕੱਲੇ-ਕੱਲੇ ਬੰਦੇ ਦੇ ਵਿਰੋਧਾ ਜੇ ਦੁਕਾਨਦਾਰ ਕਹਿਣ ਵੀ ਸਾਨੂੰ ਤਾਂ ਕੋਈ ਨਹੀਂ ਫਰਕ ਭਰਾਵਾ ਜੇ ਜੱਟ ਕਿਸਾਨਾਂ ਕੋਲੇ ਪੈਸੇ ਆਉਣਗੇ ਉਹੀ ਕੁੜਤ